ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦੇ ਵਿੱਚ ਮਾਂ ਪੁੱਤ ਸ਼ਾਮਲ ਨੇ। ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਇਹ ਉਹੀ ਨੌਜਵਾਨ ਨੇ ਜਿਨ੍ਹਾਂ ਦੀ ਵਜ੍ਹਾ ਦੇ ਕਰਕੇ ਭਿਆਨਕ ਸੜਕੀ ਹਾਦਸਾ ਹੋਇਆ। ਇਹ ਨੌਜਵਾਨ ਸ਼ਰਾਬ ਪੀਂਦੇ ਹੋਏ ਗੱਡੀ ਚਲਾ ਰਹੇ ਸੀ, ਰੀਲ ਬਣਾ ਰਹੇ ਸੀ, ਜਿਸ ਦੇ ਚੱਲਦੇ ਅੱਗੇ ਜਾ ਕੇ ਭਿਆਨਕ ਸੜਕੀ ਹਾਦਸਾ ਹੋਇਆ। 2 ਜਾਣੇ ਜੋ ਇਸ ਗੱਡੀ ਦੇ ਵਿੱਚ ਸਵਾਰ ਸਨ ਉਹਨਾਂ ਦੀ ਮੌਤ ਹੋ ਗਈ, ਔਰ 2 ਜਾਣੇ ਮਾਂ ਪੁੱਤ ਜੋ ਰਸਤੇ ਦੇ ਵਿੱਚ ਅਨਾਰ ਖਰੀਦ ਰਹੇ ਸੀ ਉਹਨਾਂ ਦੀ ਵੀ ਮੌਕੇ ਤੇ ਮੌਤ ਹੋ ਗਈ, ਜਦਕਿ 4 ਜਾਣੇ ਜ਼ਖਮੀ ਹੋਏ ਨੇ। ਜਾਣਕਾਰੀ ਮੁਤਾਬਿਕ ਇਹ ਨੌਜਵਾਨ ਪੁਲਿਸ ਦਾ ਨਾਕਾ ਤੋੜ ਕੇ ਭੱਜੇ ਤੇ ਅੱਗੇ ਖੜੀ ਪਿਕਅਪ ਗੱਡੀ ਦੇ ਵਿੱਚ ਇਹਨਾਂ ਨੇ ਜ਼ੋਰਦਾਰ ਟੱਕਰ ਮਾਰੀ। ਦੱਸਦੇ ਕਿ ਪਿਕਅਪ ਗੱਡੀ ਦੇ ਵਿੱਚ ਅਨਾਰ ਸਨ ਜਿਨ੍ਹਾਂ ਨੂੰ ਮਾਂ ਪੁੱਤ ਖਰੀਦ ਰਹੇ ਸੀ ਸੜਕ ਦੇ ਤਿਰਾਹੇ ਤੇ ਖੜ ਕੇ, ਤਾਂ ਉਹ ਮਾਂ ਪੁੱਤ ਦੀ ਵੀ ਮੌਕੇ ਤੇ ਮੌਤ ਹੋ ਗਈ। 2 ਜਾਣੇ ਇਸ ਕਾਰ ਦੇ ਵਿੱਚ ਸਵਾਰ ਸੀ ਉਹਨਾਂ ਦੀ ਮੌਤ ਹੋ ਗਈ, ਜਦਕਿ 2 ਜਾਣੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜੈਸਲਮੇਰ ਤੋਂ ਬਾੜਮੇਰ ਵੱਲੋਂ ਆ ਰਹੀ ਸਵਿਫਟ ਕਾਰ ਨੇ ਅੱਗੇ ਜਾ ਕੇ ਜ਼ੋਰਦਾਰ ਟੱਕਰ ਮਾਰੀ, ਔਰ ਇਹ ਨੌਜਵਾਨ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਇਹ ਸਵਿਫਟ ਕਾਰ ਦੇ ਵਿੱਚ ਸਵਾਰ ਸੀ, ਅੱਗੇ ਜਾ ਕੇ ਪਿਕਅਪ ਨੂੰ ਟੱਕਰ ਮਾਰੀ, ਔਰ ਪਿਕਅਪ ਗੱਡੀ ਦੇ ਵਿੱਚ ਅਨਾਰ ਸਨ ਜਿਨ੍ਹਾਂ ਨੂੰ ਮਾਂ ਪੁੱਤ ਖਰੀਦ ਰਹੇ ਸੀ ਉਹਨਾਂ ਦੀ ਮੌਤ ਹੋ ਗਈ, ਔਰ ਅੱਗੇ ਪਸ਼ੂਆਂ ਦੇ ਵਿੱਚ ਵੀ ਗੱਡੀ ਜਾ ਟਕਰਾਈ, ਇੱਕ ਗਾਂ ਦੀ ਵੀ ਉੱਥੇ ਮੌਤ ਹੋ ਗਈ। ਸੋ ਪੁਲਿਸ ਦੇ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਇਹ ਨੌਜਵਾਨ ਸਵਿਫਟ ਕਾਰ ਦੇ ਵਿੱਚ ਬੈਠ ਕੇ ਦਾਰੂ ਪੀਂਦੇ ਨੇ, ਰੀਲਾਂ ਬਣਾ ਰਹੇ ਨੇ, ਗਾਣੇ ਚੱਲਦੇ ਨੇ, ਖੂਬ ਮੌਜ ਮਸਤੀ ਕਰਦੇ ਤੇਜ਼ ਰਫਤਾਰ ਦੇ ਨਾਲ ਜਾ ਰਹੇ ਨੇ। ਅੱਗੇ ਜਾ ਕੇ ਇਹਨਾਂ ਦਾ ਭਿਆਨਕ ਸੜਕੀ ਹਾਦਸਾ ਹੋਇਆ, 4 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਦੇ ਕਿ ਦੋਵੇਂ ਮਾਂ ਪੁੱਤ ਜਿਨ੍ਹਾਂ ਦੀ ਮੌਤ ਹੋ ਗਈ ਨੇਪਾਲ ਦੇ ਰਹਿਣ ਵਾਲੇ ਸੀ। ਜਾਣਕਾਰੀ ਮੁਤਾਬਿਕ ਇਹ ਦੋਵੇਂ ਦੇਵਕੋਟ ਤਿਰਾਹੇ ਤੇ ਨਾਸਤੇ ਦਾ ਠੇਲਾ ਲਗਾਉਂਦੇ ਸੀ, ਜਿਨ੍ਹਾਂ ਦੀ ਭਿਆਨਕ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ, ਔਰ ਇਹ ਸ਼ਰਾਬੀ ਨੌਜਵਾਨਾਂ ਦੇ ਵਿੱਚੋਂ 2 ਨੇ ਵੀ ਮੌਕੇ ਤੇ ਦਮ ਤੋੜਿਆ, 2 ਜ਼ਖਮੀ ਹੋਏ ਨੇ। ਕੁੱਲ ਮਿਲਾ ਕੇ 4 ਲੋਕਾਂ ਦੀ ਮੌਕੇ ਤੇ ਮੌਤ ਹੋਈ ਤੇ 4 ਜ਼ਖਮੀ ਹੋਏ ਨੇ। ਔਰ ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦਈਏ ਕਿ ਪਿਕਅਪ ਦੇ ਵਿੱਚ 2 ਬੱਚੇ ਨਾਬਾਲਗ ਸਨ, ਉਹ ਵੀ ਜ਼ਖਮੀ ਹੋਏ ਨੇ, ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ। ਤੇਜ਼ ਗਤੀ ਸੇ ਆ ਰਹੀ ਸੀ, ਨਾਕਾਬੰਦੀ ਤੋੜਤੇ ਹੋਏ ਉਸਨੇ ਆਗੇ ਜੋ ਪਿਕਅਪ ਗਾੜੀ ਖੜੀ ਸੀ ਔਰ ਬੱਚੇ ਉਸ ਔਰ ਮਾਂ ਉਸਮੇ ਜੋ ਕੁਛ ਖਰੀਦ ਰਹੇ ਥੇ ਉਨਕੋ ਟੱਕਰ ਮਾਰੀ ਔਰ ਉਨਕੀ ਮੌਕੇ ਪੇ ਮੌਤ ਹੋ ਗਈ। ਅਭੀ ਜੋ 4 ਲੋਕ ਗਾੜੀ ਮੇਂ ਸਵਾਰ ਥੇ ਉਨਮੇ ਸੇ ਵੀ 2 ਲੋਗੋਂ ਕੀ ਡੈਥ ਹੋ ਗਈ ਹੈ ਔਰ 2 ਲੋਕ ਅਭੀ ਉਪਚਾਰ ਅਧੀਨ ਹੈ। ਇਸਮੇ ਪ੍ਰਾਇਮਰੀ ਤੌਰ ਪੇ ਜੋ ਸਾਹਮਣੇ ਆ ਰਹਾ ਹੈ ਕਿ ਹੋ ਸਕਤਾ ਹੈ ਕਿ ਇਹ ਦੋਨੋਂ ਡਰੰਕ ਹੋ ਔਰ हाँ ऐसे कुछ वीडियोस हमें प्राप्त हुए लेकिन वो सब जांच का विषय रहेगा कि क्या कोई रील बनाई जा रही थी या ऐसा कुछ था कि और शराब का सेवन किया जा रहा था गाड़ी में जिसकी वजह से एक्सीडेंट हुआ है और अनुसंधान का विषय रहेगा। गाड़ी जैसलमेर से बाड़मेर की तरफ जा रही थी और जो किराया बनता है जो देवीकोट उस पर ये एक्सीडेंट हुआ है। देखिए गाड़ी जो है करीब जो टक्कर जहाँ पे हुई उससे 20-30 फीट आगे जाके रुकी है तो डेफिनेटली काफ़ी स्पीड में थी, इसी वजह से इतने इम्पैक्ट के बावजूद भी वो थोड़ा आगे तक गाड़ी गई। मृतक जो 2 लोग हैं वो जो माँ और बेटा हैं वो दोनों नेपाल के रहने वाले हैं। अभी पूरा उनकी जो एड्रेस और डिटेल्स हैं वो आने बाकी हैं और जो 2 मृतक 4 में से जो गाड़ी में सवार थे वो दोनों भी सदर थाना क्षेत्र के रहे।